ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਜ਼ੀਰੇ ਦੀ ਗ੍ਰਿਫਤਾਰੀ ਤੋਂ ਕਹਿੰਦੇ ਸਵਾਲ ਖੜਾ ਹੋ ਗਿਆ ਵੀ ਇਹ ਬਦਲਾਅ ਦੀ ਬਦਲਾਖੋਰੀ ਦੀ ਭਾਵਨਾ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਤੜਕੇ ਚੱਕਿਆ। ਪ੍ਰਵੀਨ ਜੀ ਵੈਸੇ ਵਿਜੀਲੈਂਸ ਮਤਲਬ ਕਿ ਚਲੋ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਤੜਕੇ ਤਾਂ ਉੱਠਣ ਲੱਗ ਗਈ, ਠੀਕ ਹੈ। ਅੱਛਾ, ਪੰਜਾਬ ਪੁਲਿਸ ਨੂੰ ਸਾਜਰੇ ਉੱਠਣ ਦੀ ਆਦਤ ਤਾਂ ਪਾਤੀ, ਸੋ ਇਸ ਲਈ ਆਹ ਕੰਮ ਤਾਂ ਹੋਣ ਲੱਗਿਆ, ਚਾਹੇ ਉਹ ਸਾਧ ਸਿੰਘ ਧਰਮਸੋਤ ਨੂੰ ਚੱਕਣਾ ਹੋਵੇ, ਚਾਹੇ ਸੁਖਪਾਲ ਖਹਿਰਾ ਨੂੰ ਚੱਕਣਾ ਹੋਵੇ, ਚਾਹੇ ਹੁਣ ਕੁਲਵੀਰ ਜੀਰਾ ਨੂੰ ਚੱਕਣਾ ਹੋਵੇ, ਸਾਜਰੇ 5-6 ਵਜੇ ਪਹੁੰਚ ਜਾਂਦੀ ਹੈ ਪੁਲਿਸ, ਹੈ ਨਾ। ਸੋ ਆਹ ਸਾਜਰੇ ਉੱਠਣ ਵਾਲਾ ਕੰਮ ਤਾਂ ਠੀਕ ਆ, ਪਰ ਜਿਹੜਾ ਤਰੀਕਾ ਪੁਲਿਸ ਦਾ ਇਹਨਾਂ ਲੀਡਰਾਂ ਨੂੰ ਚੱਕਣ ਦਾ ਉਹ ਸਮਝ ਨਹੀਂ ਆਇਆ। ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਨੇ ਇਹ ਆਮ ਆਦਮੀ ਪਾਰਟੀ ਦੇ MLA ਚੁਣੇ, ਜਦੋਂ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਤਦ ਉਹਨਾਂ ਨੂੰ ਉਮੀਦ ਸੀ ਕਿ ਪੰਜਾਬ ਦੇ ਨਾਲ ਧੋਖਾ ਕਰਨ ਵਾਲੇ, ਭ੍ਰਿਸ਼ਟਾਚਾਰੀ ਕਰਨ ਵਾਲੇ, ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਫੜੇ ਜਾਣਗੇ, ਤੇ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੇ ਆਕਾ ਤੱਕ ਇਹ ਸੇਕ ਜਾਊਗਾ। ਅਜੇ ਤੱਕ ਉਹ ਆਕਾਵਾਂ ਦੇ ਫਾਰਮ ਹਾਊਸਾਂ ਕੰਨੀ ਨੂੰ ਜਾਂਦੇ, ਉਹਨਾਂ ਦੇ ਮਹਿਲਾਂ ਕੰਨੀਆਂ ਨੂੰ ਜਾਂਦੇ, ਉਹਨਾਂ ਦੀਆਂ ਹਵੇਲੀਆਂ ਕੰਨੀਆਂ ਨੂੰ ਜਾਂਦੇ ਤਾਂ ਨਹੀਂ ਨਜ਼ਰ ਆਏ, ਜਾਂ ਉੱਥੇ ਤੱਕ ਦਾ ਅਜੇ ਚਰਚਾ ਵੀ ਲੱਗਦੀ। ਹਾਂ, ਚੰਨੀ ਦਾ ਰੌਲਾ ਜ਼ਰੂਰ ਪਾਈ ਜਾਂਦੇ ਆ, ਕੈਪਟਨ ਬਾਦਲ ਦਾ ਕਦੇ ਨਾਂ ਸੁਣਿਆ ਹੋਵੇ ਤਾਂ ਦੱਸ ਦਿਓ ਮੈਨੂੰ। ਪਰ ਉਸ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਸ਼ਾਬਾਸ਼ੀ ਦਿੱਤੀ। ਬੇਸ਼ੱਕ ਫੈਸਲਾ ਅਦਾਲਤ ਨੇ ਕਰਨਾ ਹੁੰਦਾ ਕਿ ਕੌਣ ਦੋਸ਼ੀ ਹੈ ਕੌਣ ਨਹੀਂ, ਕਿਹਨੇ ਕਿਹਨੇ ਕਪੜਾ ਕੀਤਾ ਕਿਹਨੇ ਨਹੀਂ, ਜਿਹੜੇ ਮਾਮਲੇ ਤੇ FIR ਹੈ ਕੀ ਉਹ ਸਹੀ ਹੈ ਜਾਂ ਨਹੀਂ, ਇਹ ਫੈਸਲਾ ਅਦਾਲਤ ਨੇ ਕਰਨਾ, ਅਸੀਂ ਤੁਸੀਂ ਨਹੀਂ ਕਰ ਸਕਦੇ। ਪਰ ਤਾਂ ਵੀ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਸਹੀ ਪਾਸੇ ਤੁਰ ਰਿਹਾ, ਜਦੋਂ ਸਾਧ ਸਿੰਘ ਧਰਮਸੋਤ ਦੇ ਘਰ ਤੱਕ ਪਹੁੰਚੇ, ਜਦੋਂ ਭਾਰਤ ਭੂਸ਼ਣ ਆਸ਼ੂ ਤੱਕ ਪਹੁੰਚੇ, ਜਦੋਂ OP ਸੋਨੀ ਤੱਕ ਪਹੁੰਚੇ, ਜਦੋਂ ਤ੍ਰਿਪਿੰਦਰ ਬਾਜਵੇ ਦੀ ਗੱਲ ਚੱਲੀ, ਜਦੋਂ ਹੋਰ ਅਜਿਹੇ ਲੀਡਰਾਂ ਦੀ ਗੱਲ ਚੱਲੀ ਕਿ ਲੈ ਭਾਈ ਪੁਰਾਣਿਆਂ ਨੇ ਜਿਹਨਾਂ ਨੇ ਕੱਪੜੇ ਕੀਤੇ ਨੇ ਮਾਫੀਆ ਰਾਜ ਰਿਹਾ ਉਹ ਫੜੇ ਜਾਣਗੇ, ਹਾਂਜੀ, ਲੋਕਾਂ ਨੂੰ ਲੱਗਿਆ ਕਿ ਸਹੀ ਪਾਸੇ ਜਾ ਰਹੇ ਨੇ। ਪਰ ਜਿੱਦਣ ਜਲਾਲਾਬਾਦ ਪੁਲਿਸ ਨੇ ਸੁਖਪਾਲ ਖਹਿਰਾ ਦਾ ਬੂਗਾ ਖੜਕਾਇਆ, ਉਦਣ ਲੋਕਾਂ ਦੇ ਕੰਨ ਖੜੇ ਹੋਏ ਕਿ ਨਹੀਂ ਕੁਛ ਗੜਬੜ ਹੈ ਜੀ। ਤੇ ਇਸ ਤੋਂ ਬਾਅਦ ਹੁਣ ਤੁਸੀਂ ਜੀਰੇ ਕੋਲ ਜੀਰੇ ਨੂੰ ਗ੍ਰਿਫਤਾਰ ਕਰਨ ਗਏ, ਆਧਾਰ ਕੀ ਹੈ ਕਿ ਜੀ ਸਰਕਾਰੀ ਕੰਮ ਚ ਵਿਘਨ ਪਾਇਆ, ਸਰਕਾਰੀ ਦਫ਼ਤਰ ਚ ਧਰਨਾ ਲਾਇਆ। ਭਾਈ ਜੇ ਕੁਲਵੀਰ ਜੀਰਾ ਇੱਕ BDPO ਦੇ ਦਫ਼ਤਰ ਦੇ ਵਿੱਚ ਪੰਚਾਇਤਾਂ ਦੇ ਹਵਾਲੇ ਨਾਲ ਗਰੀਬ ਬੰਦਿਆਂ ਦੇ ਪਲਾਟਾਂ ਦੇ ਮਾਮਲੇ ਦੇ ਵਿੱਚ, ਜਾਅਲੀ ਸਰਟੀਫਿਕੇਟਾਂ ਦੇ ਮਾਮਲੇ ਚ ਧਰਨਾ ਲਾਉਣ ਜਾਂਦਾ ਹੈ, ਤੇ ਤੁਸੀਂ ਜੀਰਾ ਸਣੇ 80 ਬੰਦਿਆਂ ਤੇ ਪਰਚਾ ਦਰਜ ਕਰਦੇ ਹੋ ਤੇ ਚੱਕਦੇ ਇਕੱਲੇ ਜੀਰੇ ਨੂੰ, ਹੋ ਤਾਂ ਵੀ ਸਵਾਲ ਖੜੇ ਹੁੰਦੇ ਨੇ। ਤੇ ਦੂਸਰਾ ਪੱਖ ਇਹ ਆ ਕਿ ਜੇ ਧਰਨਾ ਲਾਉਣ ਤੇ ਸਰਕਾਰੀ ਕੰਮ ਚ ਵਿਘਨ ਪਾਉਣ ਤੇ ਬੰਦਾ ਫੜਿਆ ਜਾਂਦਾ ਤਾਂ ਜਨਾਬ ਤੁਹਾਡੀ ਆਮ ਆਦਮੀ ਪਾਰਟੀ ਦੇ ਸੰਸਥਾਪਕ, ਤੁਹਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਤਾਂ ਜੇਲ੍ਹ ਚ ਹੁੰਦੇ, ਬਾਹਰ ਆਉਣੇ ਨੀ ਚਾਹੀਦੇ ਸੀ। ਇਹ ਤਾਂ ਜੰਮੇ ਹੀ ਧਰਨੇ ਚੋਂ ਨੇ ਜੀ ਜੀ, ਜਾਂ ਸਰਕਾਰ ਦੇ ਕੰਮ ਚ ਵਿਘਨ ਨੀ ਸੀ, ਜਾਂ ਤਾਂ ਤੁਸੀਂ ਸਰਕਾਰ ਦੇ ਮਾਮਲੇ ਦੇ ਵਿੱਚ ਕਿੰਨੇ ਝੂਠ ਵੀ ਨਾਲੇ ਤੋਲ ਗਏ ਉਸ ਧਰਨਿਆਂ ਚ, ਜੀ ਜੀ, ਕਿੰਨਾ ਕੁਫਰ ਵੀ ਬੋਲ ਗਏ, ਪੀਏ ਦੇ ਨਾਲ ਰਜਾਈ ਲੈ ਕੇ ਪੈ ਜਾਂਦੇ ਸੀ ਫੁੱਟਪਾਥ ਤੇ, ਜਦ ਨੀ ਸਰਕਾਰੀ ਕੰਮ ਚ ਵਿਘਨ ਪੈਂਦਾ ਸੀ, ਬਿਲਕੁਲ, ਜਦ ਅੰਨਾ ਹਜ਼ਾਰੇ ਨਾਲ ਮਜਬਾ ਲਾਇਆ ਜਦ ਨੀ ਸਰਕਾਰੀ ਕੰਮ ਚ ਵਿਘਨ ਪਿਆ, ਤੇ ਫਿਰ ਤਾਂ ਤੁਸੀਂ ਬਾਹਰ ਹੀ ਨੀ ਹੋਣੇ ਚਾਹੀਦੇ ਸੀ। ਮਤਲਬ ਤੁਸੀਂ ਧਰਨਾ ਲਾਓ ਤਾਂ ਉਦੇਸ਼ ਹਿੱਤ ਚ, ਲੀਡਰ ਕੋਈ ਕਿਸੇ ਲਈ ਖੜ ਜਾਵੇ ਜਾ ਕੇ ਫਿਰ ਉਹ ਗਲਤ। ਮੈਂ ਕਹਿੰਦਾ ਕੁਲਵੀਰ ਜੀਰੇ ਨੇ ਕੋਈ ਭ੍ਰਿਸ਼ਟਾਚਾਰੀ ਕੀਤੀ ਹੈ, ਫਰੋਲੋ ਦੀਆਂ ਫਾਈਲਾਂ, ਕੁਲਵੀਰ ਜੀਰੇ ਨੇ ਕੋਈ ਕਪੜਾ ਕੀਤਾ ਦਿਓ ਅੰਦਰ, ਸੁਖਪਾਲ ਖਹਿਰਾ ਕਿਸੇ ਮਾਮਲੇ ਚ ਹੈਗਾ ਦੋਸ਼ੀ ਤਾਂ ਕਰੋ ਕਟਹਿਰੇ ਚ ਖੜਾ। ਪਰ ਜੇ ਸਿਰਫ ਇਸ ਲਈ ਕਿ ਤੁਹਾਡੇ ਲੀਡਰਾਂ ਨੂੰ ਘੇਰਦੇ ਨੇ, ਤੁਹਾਡੇ ਕੰਮਾਂ ਤੇ ਸਵਾਲ ਖੜਾ ਕਰਦੇ ਨੇ, ਤੁਹਾਨੂੰ ਸਵਾਲ ਪੁੱਛਦੇ ਨੇ, ਤੁਹਾਡੇ ਝੂਠ ਉਜਾਗਰ ਕਰਦੇ ਨੇ, ਤੁਹਾਡੇ ਆਮ ਆਦਮੀ ਤੋਂ ਬਣੇ ਖਾਸ ਦਾ ਚਿਹਰਾ ਨੰਗਾ ਕਰਦੇ ਨੇ, ਫਿਰ ਅੰਦਰ ਦੇਣੇ ਆ, ਫਿਰ ਸਪਸ਼ਟ ਹੈ ਕਿ ਖਹਿਰੇ ਤੋਂ ਲੈ ਕੇ ਜੀਰੇ ਤੱਕ ਆਉਂਦਿਆਂ ਆਉਂਦਿਆਂ ਇਹ ਪੰਜਾਬ ਨੂੰ ਸਪਸ਼ਟ ਹੋਣ ਲੱਗ ਗਿਆ ਕਿ ਇਹ ਬਦਲਾਅ ਵਾਲੀ ਸਰਕਾਰ ਬਦਲਾਖੋਰੀ ਤੇ ਚੱਲ ਰਹੀ ਹੈ। ਜੀ